ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਦੇਹਾਂਤ ਹੋ ਗਿਆ। ਜੀ ਹਾਂ, ਵਿੱਕੀ ਬਾਦਸ਼ਾਹ ਹੁਣ ਸਾਡੇ ਵਿੱਚ ਨਹੀਂ ਰਹੇ। ਇਸ ਗੱਲ ਦੀ ਪੁਸ਼ਟੀ ਮਾਸਟਰ ਸਲੀਮ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕੀਤੀ। ਉਹਨਾਂ ਨੇ ਵਿੱਕੀ ਬਾਦਸ਼ਾਹ ਦੀ ਫੋਟੋ ਅਪਲੋਡ ਕਰਕੇ ਲਿਖਿਆ, ਬਹੁਤ ਦੁੱਖ ਲੱਗ ਰਿਹਾ ਇਹ ਕਹਿੰਦੇ ਹੋਏ ਕਿ ਵਿੱਕੀ ਬਾਦਸ਼ਾਹ ਜੀ ਨਹੀਂ ਰਹੇ। ਰੈਸਟ ਇਨ ਪੀਸ ਵਿੱਕੀ ਵੀਰੇ। ਦੱਸ ਦਈਏ ਕਿ ਵਿੱਕੀ ਬਾਦਸ਼ਾਹ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਮਸ਼ਹੂਰ ਸੂਫੀ ਗਾਇਕ ਦੀ ਮੌਤ ਤੋਂ ਬਾਅਦ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸ ਦਈਏ ਕਿ ਵਿੱਕੀ ਬਾਦਸ਼ਾਹ ਦੀ ਉਮਰ ਤਕਰੀਬਨ 40 ਸਾਲ ਹੀ ਸੀ। ਵਿੱਕੀ ਬਾਦਸ਼ਾਹ ਦਾ ਤੂੰ ਰਾਤ ਮਨਾਉਣੀ ਸ਼ਗਨਾਂ ਦੀ ਅਸੀਂ ਮੌਤ ਨੂੰ ਗੜੇ ਲਗਾਉਣਾ ਗੀਤ ਯੂਟਿਊਬ ਤੇ ਕਾਫੀ ਫੇਮਸ ਹੋਇਆ ਸੀ। ਬਿਊਰੋ ਰਿਪੋਰਟ।